ਜਲਾਲਾਬਾਦ ਵਿੱਚ ਭਾਵੇਂ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦੇ ਯਤਨਾਂ ਸਦਕਾ ਕਰੋੜਾਂ ਰੁਪਏ ਦੀ ਲਾਗਤ ਨਾਲ ਨਵੀਆਂ ਇਮਾਰਤਾਂ ਖੜੀਆਂ ਹੋਈਆਂ ਨੇ, ਪਰ ਉਕਤ ਇਮਾਰਤਾਂ ਦੇ ਨਿਰਮਾਣ ਕਾਰਜਾਂ 'ਚ ਠੇਕੇਦਾਰਾਂ ਦੀ ਕਥਿਤ ਲਾਪਰਵਾਹੀ ਦੇ ਚਲਦਿਆਂ ਇਹ ਇਮਾਰਤਾਂ ਕੁਝ ਹੀ ਸਾਲਾਂ ਵਿੱਚ ਖਸਤਾ ਹਾਲਤ ਵਿੱਚ ਤਬਦੀਲ ਹੋਣੀਆਂ ਸ਼ੁਰੂ ਹੋ ਗਈਆਂ ਨੇ, ਜਿਸ ਦੀ ਮਿਸਾਲ ਸਥਾਨਕ ਕੰਨਿਆ ਕਾਲਜ ਤੋਂ ਲਗਾਈ ਜਾ ਸਕਦੀ ਹੈ, ਜਿਸ ਨੂੰ ਬਣੇ ਅੱਜ ਸਿਰਫ 5 ਸਾਲ ਹੀ ਹੋਏ ਨੇ ਅਤੇ ਇਸ ਇਮਾਰਤ ਦੇ ਅੰਦਰ ਦੇਖਣ ਤੇ ਅਜਿਹਾ ਲੱਗਦਾ ਹੈ ਕਿ ਸ਼ਾਇਦ ਇਹ ਇਮਾਰਤ ਕੁਝ ਸਾਲ ਪਹਿਲਾਂ ਨਹੀਂ ਬਲਕਿ ਲੰਮਾ ਸਮਾਂ ਪਹਿਲਾਂ ਬਣੀ ਹੈ। ਲਗਭਗ 12 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਇਸ ਕੰਨਿਆ ਕਾਲਜ ਦਾ ਉਦਘਾਟਨ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਵੱਲੋਂ 5 ਦਸੰਬਰ 2011 ਨੂੰ ਕੀਤਾ ਗਿਆ ਸੀ, ਪਰ ਇਸ ਦੇ ਨਿਰਮਾਣ ਕਾਰਜ ਦੌਰਾਨ ਸਮੇਂ ਸਮੇਂ ਤੇ ਵੱਖ ਵੱਖ ਅਧਿਕਾਰੀਆਂ ਵੱਲੋਂ ਸਮੀਖਿਆਵਾਂ ਵੀ ਕੀਤੀਆਂ ਗਈਆਂ ਕਿ ਕਿਧਰੇ ਠੇਕੇਦਾਰ ਕੰਮ ਵਿਚ ਕੋਤਾਹੀ ਤਾਂ ਨਹੀਂ ਵਰਤ ਰਹੇ, ਪਰ ਲੱਗਦਾ ਹੈ ਕਿ ਉਕਤ ਅਧਿਕਾਰੀਆਂ ਦੀ ਸਮੀਖਿਆਵਾਂ ਸਿਰਫ ਕਾਗਜ਼ਾਂ ਤੱਕ ਹੀ ਸੀਮਤ ਰਹੀਆਂ। ਬਿਲਡਿੰਗ ਦੇ ਅੰਦਰ ਬਾਥਰੂਮਾਂ ਦੀ ਹਾਲਤ ਕਾਫੀ ਖਸਤਾ ਹੈ ਅਤੇ ਫਰਸ਼ ਵੀ ਹੇਠਾਂ ਧਸ ਚੁੱਕੇ ਨੇ। ਇਸ ਤੋਂ ਇਲਾਵਾ ਪ੍ਰਿੰਸੀਪਲ ਅਤੇ ਬੱਚਿਆਂ ਦੇ ਕਮਰਿਆਂ ਅੰਦਰੋਂ ਵੀ ਫਰਸ਼ ਹੇਠਾਂ ਧਸ ਚੁੱਕੇ ਨੇ, ਕੁਝ ਕਮਰਿਆਂ ਦੀਆਂ ਛੱਤਾਂ ਤੋਂ ਸੀਮਿੰਟ ਡਿੱਗਣਾ ਸ਼ੁਰੂ ਹੋ ਗਿਆ। ਇਸ ਸਬੰਧੀ ਪ੍ਰਿੰਸੀਪਲ ਹਰਜਿੰਦਰ ਕੌਰ ਬਾਜਵਾ ਨੇ ਕਿਹਾ ਕਿ ਉਨ੍ਹਾਂ SDM ਨੂੰ ਲਿਖਤ ਵਿਚ ਸ਼ਿਕਾਇਤ ਦਿੱਤੀ ਸੀ ਅਤੇ ਉਨ੍ਹਾਂ ਵੱਲੋਂ ਉੱਥੇ ਪਹੁੰਚ ਕੇ ਨਿਰੀਖਣ ਵੀ ਕੀਤਾ ਗਿਆ ਅਤੇ SDM ਵੱਲੋਂ ਠੇਕੇਦਾਰ ਅਤੇ ਵਿਭਾਗ ਨੂੰ ਰਿਪੇਅਰ ਕਰਨ ਦੇ ਹੁਕਮ ਜਾਰੀ ਕੀਤੇ ਗਏ ਸੀ, ਪਰ ਰਿਪੇਅਰ ਦਾ ਕੰਮ ਸਹੀ ਨਹੀਂ ਹੋ ਸਕਿਆ। ਹਾਂਜੀ ਬਿਲਕੁਲ ਕੀਤੀ, ਅਸੀਂ SDM ਸਾਹਿਬ ਇੱਥੇ 1-2 ਵਾਰੀ ਸਾਡੇ ਕਾਲਜ ਆਏ ਵੀ ਹੈ, ਉਹਨਾਂ ਨੇ ਵੀ ਦੇਖਿਆ ਸਾਰਾ ਔਰ ਉਹਨਾਂ ਨੇ ਵੀ ਇਹ ਗੱਲ ਕਹੀ ਹੈ ਕਿ ਮਤਲਬ ਮੈਂ ਅਪਰੋਚ ਜਿਹੜੇ ਠੇਕੇਦਾਰ ਸੀਗੇ ਜਾਂ ਜਿਨ੍ਹਾਂ ਨੇ ਬਣਾਇਆ ਸੀ ਉਹਨਾਂ ਨੇ 1-2 ਵਾਰੀ ਭੇਜਿਆ ਵੀ ਹੈ ਔਰ ਉਹ ਆਏ ਵੀ ਹੈ, ਪਰ ਉਹ ਪੂਰਾ ਨਹੀਂ ਸਹੀ ਕਰਕੇ ਗਏ ਜਿੰਨਾ ਕੁ ਉਹਨਾਂ ਨੂੰ ਸਾਹਮਣੇ ਸਾਹਮਣੇ ਸੀ ਦੇਖਦਾ ਉਹਨਾਂ ਕਰਕੇ ਆ। ਬਾਕੀ ਹੁਣ ਆਫਿਸ ਦਾ ਲਗਾਤਾਰ ਜਿਹੜਾ ਫਰਸ਼ ਹੈ ਇਹ ਹੁਣ ਜ਼ਿਆਦਾ ਮਤਲਬ ਸਾਨੂੰ ਲੱਗ ਰਿਹਾ ਕਿ ਜ਼ਿਆਦਾ ਬੈਠ ਰਿਹਾ, ਸ਼ਾਇਦ ਹੇਠਾਂ ਦੀ ਕੋਈ ਮਤਲਬ ਸੀਪੇਜ ਹੋ ਰਹੀ ਹੈ ਜਾਂ ਫਰਸ਼ ਕਿਉਂ ਬੈਠ ਰਿਹਾ ਹੁਣ ਜ਼ਿਆਦਾ, ਇਹ ਕੁਛ ਉਹਦਾ ਕੰਸਟਰਕਸ਼ਨ ਦੇ ਵਿੱਚ ਹੀ ਹੈ ਜਿਹੜਾ ਹੁਣ ਟੈਕਨੀਕਲੀ ਅਸੀਂ ਇਹਦਾ ਕੰਮ ਬਿਲਕੁਲ ਐਜ ਪਰ ਪੀਰੀਓਡਿਕ ਸਪੈਸੀਮੈਨ ਮੁਤਾਬਕ ਹੋਇਆ ਵਾ, ਕੰਮ ਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਕੋਈ ਕੁਆਲਿਟੀ ਨਾਲ ਸਮਝੌਤਾ ਨਹੀਂ ਕੀਤਾ ਗਿਆ, ਪਰ ਹਰੇਕ ਸਾਲ ਹੀ ਮੇਨਟੇਨੈਂਸ ਬਿਲਡਿੰਗ ਦੀ ਹੋਣੀ ਹੁੰਦੀ, ਕੁਛ ਫੰਡਾਂ ਦੀ ਪ੍ਰੋਬਲਮ ਕਰਕੇ ਫੰਡ ਲੇਟ ਆਉਣ ਕਰਕੇ, ਜਿਵੇਂ ਹੁਣ ਸਾਨੂੰ ਆਸ ਹੈ ਵੀ 31 ਮਾਰਚ ਤੋਂ ਪਹਿਲਾਂ ਉਸ ਹੈਡ ਚੋਂ ਰਿਪੇਅਰ ਵਾਲੀ ਹੈਡ ਚੋਂ ਪੈਸੇ ਆ ਜਾਣਗੇ ਤੇ ਇਹਦੀ ਅਸੀਂ ਜਿਹੜੀ ਰਿਪੇਅਰ ਆ ਉਹ ਕਰਦੇ ਹਾਂ। ਇਸ ਸਬੰਧ ਜਦੋਂ ਜ਼ਿਲ੍ਹਾ ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਇਸ ਪੂਰੇ ਮਾਮਲੇ ਸਬੰਧੀ SDM ਜਲਾਲਾਬਾਦ ਨੂੰ ਰਿਪੋਰਟ ਤਿਆਰ ਕਰਕੇ ਭੇਜਣ ਲਈ ਕਿਹਾ ਗਿਆ ਅਤੇ ਜਿਸ ਦੀ ਵੀ ਇਸ ਮਾਮਲੇ ਚ ਕੋਤਾਹੀ ਸਾਹਮਣੇ ਆਵੇਗੀ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਇਹ ਜੋ ਕੰਪਲੇਂਟ ਮੈਨੂੰ ਮਿਲੀ ਹੈ, ਮੈਂ SDM ਜਲਾਲਾਬਾਦ ਨੂੰ ਇਸ ਵਿੱਚ ਡਾਇਰੈਕਸ਼ਨ ਦੇ ਚੁੱਕੀ ਹਾਂ ਕਿ ਉਹ ਇਸ ਦੀ ਇਮੀਡੀਏਟ ਇੰਸਪੈਕਸ਼ਨ ਕਰਨਗੇ ਅਤੇ ਇੰਸਪੈਕਸ਼ਨ ਕਰਕੇ ਸਾਨੂੰ ਰਿਪੋਰਟ ਭੇਜਣਗੇ ਵਿਦ ਫੋਟੋਗ੍ਰਾਫਸ ਐਂਡ ਦੈਨ ਵੀ ਆਰ ਰਾਈਟਿੰਗ ਟੂ ਦਾ ਸੈਕਰਟਰੀ BNR ਫੋਰ ਟੇਕਿੰਗ ਇਮੀਡੀਏਟ ਐਕਸ਼ਨ ਐਂਡ ਸੈਂਡਿੰਗ ਆਪਣੀ ਸੈਂਟਰਲੀ ਉਹ ਟੀਮ ਇੱਥੇ ਸੈਂਡ ਕਰਕੇ ਇਸਦੇ ਟੈਕਨੀਕਲ ਕੀ ਨੁਕਤੇ ਸੀਗੇ, ਕੀ ਰੀਜ਼ਨਸ ਹੈ ਜਿਸਕੇ ਕਾਰਨ ਇਹ ਸਾਰਾ ਕੁਛ ਹੋਇਆ, ਇਮੀਡੀਏਟਲੀ ਇਸਦੀ ਪੜਤਾਲ ਕੀਤੀ ਜਾਏਗੀ ਔਰ ਬਹੁਤ ਸਖ਼ਤ ਕਾਰਵਾਈ ਕੀਤੀ ਜਾਏਗੀ ਜੋ ਵੀ ਦੋਸ਼ੀ ਇਸ ਵਿੱਚ ਪਾਇਆ ਜਾਂਦਾ ਹੈ।